ਅਸਲਾਮੁਅਲਿਕਮ ਦੋਸਤੋ ਅੱਜ ਅਰਬੀ ਦੀ ਲਿਖੀ ਹੋਈ ਇੱਕ ਤਾਹਰੀਰ ਹੈ ਜਿਹੜੀ ਅਸੀਂ ਤੁਹਾਨੂੰ ਸਰੈਕੀ ਦੇ ਵਿੱਚ ਬਿਆਨ ਕਰਨੇ ਪਏ ਯਕੀਨਨ ਤੁਹਾਨੂੰ ਇਹ ਪਸੰਦ ਆਸੀ ਕਈ ਮਕਾਮ ਤੇ ਇੱਕ ਬਾਦਸ਼ਾਹ ਤਰੇ ਬੇਕਸੂਰ ਬੰਦੇ ਨੂੰ ਫਾਸੀ ਦੀ ਸਜ਼ਾ ਦਿੱਤੀ ਔਰ ਉਹਨੇ ਨੂੰ ਫਾਸੀ ਵਾਸਤੇ ਸੱਦਾ ਗਏ ਉਹ ਵਕਤ ਫਾਸੀ ਦਾ ਤਰੀਕਾ ਕਰ ਇਹ ਹੁੰਦਾ ਹੀ ਇੱਕ ਬਹੁ ਵੱਡਾ ਪੱਥਰ ਜਿਹੜਾ ਨਾ ਜਿਵੇਂ ਇੱਕ ਪਿੰਡੋਲਾ ਮੁੰਦੇ ਉਹ ਖੜਾ ਰਹਾਂਦਾ ਰੱਸੀ ਤੇ ਛਿੱਕਣ ਦੇ ਨਾਲ ਉਹ ਪੱਥਰ ਹੇਠੋਂ ਤੇ ਆਵਨਦਾ ਈ ਔਰ ਉਹਦੇ ਹੇਠੋਂ ਜਿਹੜਾ ਬੰਦਾ ਖੜਾ ਆਵੇ ਉਹਦੇ ਤੇ ਢਾਂਦਾ ਈ ਉਹ ਜਲਾਣਾ ਮਾਰਨਦਾ ਈ ਉਹਨੇ ਤਰਾਏ ਬੰਦਨ ਦੇ ਵਿੱਚ ਇੱਕ ਆਲਮਦੀਨ ਈ ਇੱਕ ਵਕੀਲੀ ਈ ਔਰ ਇੱਕ ਫਲਸਫਾ ਜਣਨ ਵਾਲਾ ਇੱਕ ਬੰਦਾ ਈ ਫਲਸਫੀ ਬੰਦਾ ਈ ਸਭ ਤੋਂ ਪਹਿਲੇ ਵਾਰ ਇਹ ਆਲਮਦੀਨ ਦੀ आलम दीन कुछ ना पत्थर हेठो खड़ा किया गया है और उन्हें आखिरी ख्हैश पुछी गिए तो उ अल्लाह के अल्ला हाथ जिंदगी और मौत है। उन बगैर अगर मेरी ज़िंदगी खुटी खड़ी है तो मैं मार बसा अदरवाइज मैं कोई नहीं मार सकता जरा रस्सी को छोड़ा गया तो पत्थर उनके सिर बिल्कुल तो अनगर रुक गए लोग हैरान फैन कि उन्हें कि वाकया इ आलम दीन को खुदा बचा के दे उन्हें वापस घर हटा के दे और हूं वकील दीवार वकील को पत्थर तेटों खड़ा खड़ाटा गए और आखिरी ख्वाहिश पूछी किए तो वकील है कि मैं हमेशा हक का साथी और इन दफा भी हक थी, थी अगर मैं ना हक करता तो मैं मारवा मेरे को कोई मसला कह नहीं लेकिन मेरे को इतना यकीन है कि ई दफा भी हक का ही फैसला थी सी चुनाच एक दफा भी पत्थर को छोड़ा गए तो पत्थर वकील के सिर देन के रुक गए वकील बच गए ਤ੍ਰੇਜੀ ਜਿਹੜੀ ਵਾਰੀ ਉਹ ਫਲਸਫੀ ਬੰਦੇ ਦੀਏ ਫਲਸਫੀ ਬੰਦੇ ਕੋ ਨਾਖਰੀ ਖੈਸ਼ ਪੁੱਛੀ ਗਿਆ ਤਾਂ ਉਹ ਫਰਮਾਇਆ ਇਹੀ ਆਲੇਮ-ਏ-ਦੀਨ ਕੋ ਨਾਤਾ ਖੁਦਾ ਬਚਾਏ ਔਰ ਨਾ ਹੈ ਕੋ ਕਿ ਮੈਂ ਬਚਾਏ ਔਰ ਇ ਵਕੀਲ ਕੋ ਵੀ ਇ ਦੇ ਹੱਕ ਨਹੀਂ ਬਚਾਇਆ ਬਲਕਿ ਇ ਰਸੀ ਦੇ ਵਿੱਚ ਇੱਕ ਗੰਢ ਹੈ ਖੜੀ ਹੈ ਜਿਹੜੀ ਫਿਰਕੀ ਦੇ ਪਰੋ ਖੜੀ ਧੀ ਜਦਾਂ ਉਹ ਰਸੀ ਛੋੜੀ ਵੰਦੀ ਫਿਰਕੀ ਦੇ ਨਾਲ ਉਹ ਜਿਹੜੇ ਗੰਢਾਂ ਦੀ ਫਿਰਕੀ ਫਿਰ ਨਹੀਂ ਸੰਭੀ ਔਰ ਪੱਥਰ ਰੁਕ ਗਏ ਤਾਂ ਸਾਰੇ ਲੋਕ ਜਿਹੜੇ ਗੌਰ ਕੀਤੇ ਤਾਂ ਵਾਕਿਆ ਹੀ ਉਹ ਰਸੀ ਦੇ ਵਿੱਚ ਇੱਕ ਗੰਢ ਹੈ ਜਿਹੜੀ ਫਿਰਕੀ ਦੇ ਨਾਲ ਹਨ ਰੁਕ ਵੇ ਗਈ ਉਹ ਪੱਥਰ ਹੈ ਟੁਕੂ ਨਹੀਂ ਆਵਣੇ ਹੈ ਟੁਕ ਤੇ ਨਹੀਂ ਆਵਣੇ ਲਿਆਜਾਈਂ ਤਵਾਂ ਗੰਢ ਨੂੰ ਸੈੱਟ ਕਰਕੇ ਰਸੀ ਛੋੜੀ ਗਈ ਹੈ ਪੱਥਰ ਹੇਟੋ ਤੇ ਹੈ ਉਹ ਫਲਸ ਵੀ ਬੰਦਾ ਮੋਇਆ ਗਏ ਉਹ ਮਰ ਗਏ ਤਾਂ ਦੋਸਤੋ ਇਹ ਨਸੀਹਤ ਕੋਨੋ ਸਾ ਕੋ ਇਹ ਮਿਲਦੇ ਕਿ ਤੁਸੀਂ ਬਾਜ਼ੁਕਾਤ ਬਹੁਤ ਕੁਝ ਜਾਣ ਦੇ ਬਾਵਜੂਦ ਵੀ ਤੋ ਕੋ ਖਾਮੋਸ਼ ਰਹਿਣਾ ਚਾਹੀਦਾ ਤੁਹਾਡਾ ਇਲਮ ਤੁਹਾਡੀ ਹਲਾਕਤ ਦਾ ਸਬਬ ਬੜ ਸੰਪੇ میں امید کرنا تو کو ساڈی ای نصیحت اچھی لگ گی و سی